ਕਿੱਥੋਂ ਆਏ ਤੁਸੀਂ ਮੈਂ ਫਰੀਦਕੋਟ ਆਇਆ ਹਾਂ ਤੁਸੀਂ ਕਿਹੜਾ ਆਪਰੇਸ਼ਨ ਕਰਵਾਇਆ ਮੈਂ ਬਾਈਪਾਸ ਸਰਜਰੀ ਕਰੀ ਅੱਛਾ ਤੁਸੀਂ ਵੇਟ ਲਾਸ ਵਾਸਤੇ ਸਰਜਰੀ ਕਰਾਈ ਸੀ ਕਿ ਹਾਂਜੀ ਹਾਂ ਤੁਹਾਡਾ ਆਪਰੇਸ਼ਨ ਤੋਂ ਪਹਿਲਾਂ ਕਿੰਨਾ ਵਜ਼ਨ ਸੀਗਾ ਮੇਰਾ ਇਹ ਪਹਿਲਾਂ ਹੈਗਾ ਜੀ 147 ਜੀ ਅੱਛਾ ਜੀ ਤੁਹਾਨੂੰ ਕੀ ਦਿੱਕਤ ਆਉਂਦੀ ਸੀ ਕਿ ਤੁਹਾਨੂੰ ਲੱਗਿਆ ਤੁਹਾਨੂੰ ਆਪਰੇਸ਼ਨ ਕਰਾਉਣ ਦੀ ਲੋੜ ਹੈਗੀ ਹੈ ਮੇਰਾ ਜੀ ਇੱਕ ਤਾਂ ਚੱਲਣ ਫਿਰਨ 'ਚ ਦਿੱਕਤ ਆਉਂਦੀ ਸੀਗੀ ਅਤੇ ਕੋਈ ਵੀ ਖੇਤੀਬਾੜੀ ਦਾ ਕੰਮ ਆ ਜੀ ਸਾਡਾ ਅਤੇ ਉਸ ਕੰਮ ਵਿੱਚ ਵੀ ਦਿੱਕਤ ਆਉਂਦੀ ਸੀ ਅਤੇ ਇਸ ਕਰਕੇ ਫਿਰ ਮੈਂ ਇਹ ਇੱਕ ਦੋ ਬੰਦਿਆਂ ਨੂੰ ਦੇਖਿਆ ਸਰਦੀ ਕਰਾਈ ਉਹਨਾਂ ਵੇਟ ਲੂਸ ਕੀਤਾ ਉਹਨਾਂ ਫਿਰ ਉਹਨਾਂ ਨੇ ਦੇਖ ਕੇ ਮੈਨੂੰ ਵੀ ਮਹਿਸੂਸ ਹੋਇਆ ਵੀ ਇੱਕ ਕਰਾਉਣਾ ਚਾਹੀਦਾ ਤੁਹਾਨੂੰ ਕਿੰਨੀ ਦੇਰ ਹੋ ਗਈ ਆਪਰੇਸ਼ਨ ਕਰਵਾਏ 8-9 ਮਹੀਨੇ ਹੋਏ 8-9 ਮਹੀਨੇ ਹੋ ਗਏ ਹਾਂਜੀ ਕਿੰਨਾ ਵਜ਼ਨ ਘਟ ਗਿਆ ਤੁਹਾਡਾ ਆਪਰੇਸ਼ਨ ਦੇ ਬਾਅਦ 60 ਕਿਲੋ ਵੇਟ ਘਟ ਗਿਆ ਅੱਛਾ ਜੀ ਹੁਣ ਕਿਵੇਂ ਲੱਗਦਾ ਪਿਆ ਤੁਹਾਨੂੰ ਸਰਜਰੀ ਦੇ ਬਾਅਦ ਬਹੁਤ ਵਧੀਆ ਲੱਗਦਾ ਜੀ ਇੱਕ ਤਾਂ ਕੱਪੜੇ ਮੇਰੇ ਪਹਿਲਾਂ ਜਿਹੜੇ ਛਾਤੀ ਤੋਂ ਪਹਿਲਾਂ ਵਾਲੇ ਉਹ ਆਉਣ ਵਾਲੇ ਆਉਣ ਲੱਗ ਪਿਆ ਅਤੇ ਬਾਹਰ ਜਾਣ ਜੂਣ ਵਾਸਤੇ ਵੀ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਤਾਂ ਅੱਗੇ ਜਾਣਾ ਜਦੋਂ ਵੀ ਬਾਹਰ ਕਿਤੇ ਅਤੇ ਦੇਖ ਕੇ ਆਪਣੇ ਆਪ ਨੂੰ ਰਿਲੀਵ ਮਹਿਸੂਸ ਹੁੰਦੀ ਸੀਗੀ ਅਤੇ ਹੁਣ ਇਹੋ ਜਿਹੀ ਕੋਈ ਗੱਲ ਨਹੀਂ ਜਿੱਥੇ ਵੀ ਜੀ ਕਰਦਾ ਮਨ ਕਰਦਾ ਚਾਹੀਦਾ ਖਾਣ ਪੀਣ ਦੀ ਵੀ ਕੋਈ ਪ੍ਰੋਬਲਮ ਨਹੀਂ ਜੋ ਦਿਲ ਕਰਦਾ ਖਾਈਦਾ ਅਤੇ ਬਿਲਕੁਲ ਠੀਕ ਆ ਹੁਣ ਸੈਰ ਵੀ ਕਰੀਦੀ ਸਵੇਰ ਤੱਕ ਉੱਠ ਕੇ ਜਾਈਦਾ ਸੈਰ ਕਰਨ ਲਈ ਜਾਣਕਾਰੀ ਲਈ ਤੁਹਾਨੂੰ ਜੰਮੂ ਹਸਪੀਟਲ ਦੀਆਂ ਸਰਵਿਸਿਜ਼ ਕਿੱਦਾਂ ਲੱਗੀਆਂ ਠੀਕ ਹੈ ਜੀ ਬਿਲਕੁਲ ਵਧੀਆ ਜੀ ਮਤਲਬ ਕਿ ਜੋ 8-9 ਮਹੀਨੇ ਹੋ ਗਏ ਹਾਂ ਆਇਆ ਨੂੰ ਇੱਥੇ ਆਪਰੇਸ਼ਨ ਕਰਾਇਆ ਮੈਂ ਬਾਕੀ ਠੀਕ ਹੈ ਜੀ ਆਇਆ ਨੂੰ ਕੈਰ ਸਹੀ ਕਰਦੇ ਬਿਲਕੁਲ ਠੀਕ ਹੈ ਹਾਂਜੀ ਤੁਹਾਨੂੰ ਹੁਣ ਵਧੀਆ ਮਹਿਸੂਸ ਹੁੰਦਾ ਪਿਆ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਆਪਰੇਸ਼ਨ ਦੇ ਬਾਅਦ ਮੇਰਾ ਮੈਸੇਜ ਤੇ ਇਹ ਹੈ ਜੀ ਬਿਲਕੁਲ ਸਭ ਤੋਂ ਵਧੀਆ ਚੀਜ਼ ਹੈ ਜੀ ਇਹ ਆਪਰੇਸ਼ਨ ਇਹਦੇ ਨਾਲ ਜਲਦੀ ਵੇਟ ਵੀ ਘਟਦਾ ਹੈ ਦਵਾਈਆਂ ਮੈਂ ਪਹਿਲਾਂ ਖਾਂਦਾ ਰਿਹਾ ਫਿਰ ਬਿਲਕੁਲ ਨਹੀਂ ਉਹਨਾਂ ਨਾਲ ਫਰਕ ਨਹੀਂ ਪਿਆ ਸਗੋਂ ਜ਼ਿਆਦਾ ਫਲਾਵਟ ਆ ਜੀ ਮੈਂ ਇਹ ਕਰਾ ਕੇ ਤਾਂ ਮੈਂ ਤਾਂ ਆਪਣੇ ਨੂੰ ਬਹੁਤ ਲੱਕੀ ਮਹਿਸੂਸ ਕਰਦਾ ਪਿਆ ਥੈਂਕ ਯੂ ਸੋ ਮਚ ਠੀਕ ਹੈ ਜੀ